ਲੋਕਡਾਊਨ ਤੋਂ ਬਾਅਦ ਪਹਿਲੀ ਫਿਲਮ ਜਿਹੜੀ ਫੁੱਲ ਪੈਕੇਜ ਆ, ਫੁੱਲ ਐਂਟਰਟੇਨ ਹੈ, ਫੈਮਿਲੀ ਮੂਵੀ ਹੈ, ਕਾਮੇਡੀ ਨਾਲ ਭਰਪੂਰ ਕਾਮੇਡੀ ਬਣੀ ਹੈ ਫਿਲਮ, ਆਪੇ ਪੈਣ ਸਿਆਪੇ, ਕਿੰਨੇ ਕੁ ਸਿਆਪੇ ਪੈਂਦੇ ਨੇ ਹਰ ਇੱਕ ਦੀ ਜ਼ਿੰਦਗੀ 'ਚ, ਸਿਆਪੇ ਪੈਂਦੇ ਨੇ ਜ਼ਾਹਿਰ ਜੀ ਗੱਲ ਤਾਂ, ਬੜੇ ਹੀ ਦੋ ਹੈਂਡਸਮ ਹੰਕ ਬੈਠੇ ਨੇ ਮੇਰੇ ਨਾਲ, ਸੰਘਣਾ ਸਿੰਘ ਚੋਟਾਲਾ ਨੂੰ ਮਿਲੋ, ਸ਼ਹਿਰਾਨ ਸਿੰਘ ਅਤੇ ਲਖਵਿੰਦਰ ਲੱਖਾ ਤੋਂ ਕਾਫੀ ਤਮਾਮ ਫਿਲਮਾਂ 'ਚ ਕੰਮ ਕਰ ਚੁੱਕੇ ਨੇ, ਚਾਹੇ ਉਹ ਬੋਲੀਵੁੱਡ ਹੈ ਚਾਹੇ ਬਾਲੀਵੁੱਡ ਹੈ, ਟੀ ਵੀ ਸੀਰੀਅਲਸ, ਪੰਜਾਬੀ ਸਿਨੇਮਾ, ਬੋਲੀਵੁੱਡ ਫਿਲਮ ਪਦਮਾਵਤ 'ਚ ਕੰਮ ਕਰ ਚੁੱਕੇ ਨੇ ਸ਼ਹਿਰਾਨ ਸਿੰਘ, ਇਹਨਾਂ ਦੋਵਾਂ ਨਾਲ ਖਾਸ ਗੱਲਬਾਤ ਕਰਦੇ, ਜਿਨ੍ਹਾਂ ਦੀ ਹੋਰ ਕਈ ਸਾਰੀਆਂ ਦਿਲਚਸਪ ਗੱਲਾਂ ਕਰਾਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀ ਵੀ ਐਨ ਆਰ ਆਈ 'ਤੇ। ਨਾਮ ਮੇਰਾ ਸ਼ਹਿਰਾਨ ਸਿੰਘ ਅਤੇ ਬੜਾ ਮਜ਼ਾ ਆਇਆ ਪਹਿਲੀ ਵਾਰ ਲੋਕਡਾਊਨ ਤੋਂ ਬਾਅਦ, ਔਰ ਜਿੰਨੇ ਵੀ ਮੇਰੇ ਫਿਲਮ ਸਟਾਰ ਸੀ, ਐਕਚੁਅਲੀ ਸਟਾਰ ਸੀ, ਉਹਨਾਂ ਨੇ ਦਿਖਾ ਤਾ, ਜੋ ਲੋਕਾਂ ਨੇ ਬਹੁਤ ਦਿੱਤਾ, ਆਈ ਸੀ ਜਿਨ੍ਹਾਂ ਦੇ ਕੁਝ ਸਾਡੇ ਆਪਣੇ ਸੀ, ਘਰ ਦੇ ਤਾਂ ਬਹੁਤ ਘੱਟ ਆਏ ਸੀ, ਸਾਡੇ ਨੂੰ ਪਹਿਲਾਂ ਉਮੀਦ ਨਹੀਂ ਸੀ ਹੋਈ ਸੀ, ਬਾਹਰ ਦੀ ਬੁਲਾਈ ਸਾਰੇ ਦਿੱਤਾ ਜੀ, ਉਸ ਸਮੇਂ ਚੰਗਾ ਕਿ ਮਾੜਾ, ਸਪੈਸ਼ਲੀ ਮੇਰੇ ਕੁਝ ਫਰੈਂਡ ਆਏ ਸੀ ਕੈਨੇਡਾ ਤੋਂ, ਮੈਂ ਹੈਪੀ ਹਾਂ ਕਿ ਵੀ ਇਜ਼ ਨੋਟ ਗਿਵ ਨੋਟ ਡਿਸਅਪੋਇੰਟਡ, ਬੜਾ ਮਜ਼ਾ ਆਇਆ। ਔਰ ਫਿਲਮ ਤੋਂ ਬਾਅਦ ਜੋ ਫਰਾਈਡੇ ਤੋਂ ਬਾਅਦ ਜੋ ਕਿਸਮਤ ਬਦਲ ਰਹੀ ਹੈ ਲੋਕਾਂ ਦੀ, ਜਾਂ ਨਜ਼ਰ ਬਦਲ ਰਹੀ ਹੈ, ਬਦਲ ਰਹੀ ਹੈ, ਜਾਂ ਜੋ ਇੱਕ ਸੋਚ ਬਦਲ ਰਹੀ ਹੈ, ਉਹ ਅੱਜ ਮੈਨੂੰ ਪਤਾ ਲੱਗਿਆ, ਪਰ ਮੇਰਾ ਪਰਸਨਲ ਐਕਸਪੀਰੀਅੰਸ ਸੀਗਾ ਵੀ ਇਸ ਫਿਲਮ ਨੇ ਲੋਕਾਂ ਦੀ ਸੋਚ ਬਦਲੀ ਹੈ, ਮੇਰੀ ਸੋਚ ਨੇ ਬੜਾ ਸਟਰੋਂਗ ਕੀਤਾ, ਜੋ ਮੈਂ ਸੋਚਦਾ ਸੀ ਉਹ ਕੁਛ ਸਹੀ, ਔਰ ਜਿੰਨੇ ਬੰਦਿਆਂ ਨੇ ਮੇਰਾ ਕੰਮ ਕੀਤਾ ਉਹਨਾਂ ਦੀ ਸੋਚ ਬਦਲੀ, ਜਿਹੜੀ ਮੁਸੀਕ ਜੋ ਕਰ ਰਹੇ ਸੀ ਉਹ ਕੀ ਸੀ, ਬੜਾ ਚੰਗਾ ਹੋਇਆ, ਔਰ ਜਿਹੜਾ ਮੇਰੀ ਇੰਟਰਸਟ ਬਣਦਾ ਲੋਕਾਂ ਦਾ, ਮੇਰੀ ਟੀਮ ਦਾ ਜਿਹਨਾਂ ਦਾ ਮੈਂ ਕੰਮ ਕਰ ਰਿਹਾ ਸੀ, ਜੋ ਮੇਰੇ ਦਿਮਾਗ 'ਚ ਕਰਦਾ ਮੈਂ ਦਿਖਾ ਨਹੀਂ ਸਕਦਾ, ਲੇਕਿਨ ਇੱਕਦਮ ਦੇ ਰੂਪ 'ਚ ਦਿਖਾਵਾਂਗਾ ਬਾਅਦ, ਉਹ ਬੜਾ ਖੁਸ਼। ਅੱਛਾ, ਤੁਸੀਂ ਡਾਇਰੈਕਟਰ ਪ੍ਰੋਡਿਊਸਰ ਹੋ, ਤੁਸੀਂ ਕਿੱਦਾਂ ਚੋਇਸ ਕੀਤੀ ਕਿ ਇੱਕ ਸਾਰੇ ਇਕੱਠੇ ਕਰ ਲਏ, ਕੋਈ ਨੈਗੇਟਿਵ ਕਰੈਕਟਰ ਲਈ ਫਿੱਟ ਬੈਠਦਾ, ਕੋਈ ਕਾਮੇਡੀ ਲਈ ਫਿੱਟ ਬੈਠਦਾ, ਸਾਰੇ ਇੱਕ ਮੋਤੀ ਇੱਕੀ ਮਾਲਾ 'ਚ ਮਦਦ ਕਰੋ, ਤੁਸੀਂ ਪਹਿਲਾਂ ਪਹਿਲੀ ਫਿਲਮ 11 ਨੰਬਰ ਲਾਸਟ ਫਿਲਮ 15 ਨੰਬਰ ਦੋਨੋਂ ਇੰਡਸਟਰੀ ਬਣੀਆਂ, ਮੈਂ ਬੋਲੀਵੁੱਡ ਵੀ ਬੋਲੀਵੁੱਡ, ਉਸ ਤੋਂ ਬਾਅਦ ਮੈਨੂੰ ਲੱਗਦਾ ਤੁਸੀਂ ਕਾਫੀ ਕੁਝ ਸਿੱਖ ਚੁੱਕੇ ਹੋਵੇ, ਪਰ ਇੱਕ ਨਾ ਸਮੁੰਦਰ 'ਤੇ ਤਾਰੀ ਮਾਰ ਕੇ ਆਪਣੇ ਹੱਥਾਂ ਨੂੰ ਦੇਖਣਾ ਪੈਂਦਾ ਕਿ ਅਸੀਂ ਸੱਚੀ ਮੁੱਚੀ ਦਾ ਖੈਰ ਬਣਿਆ, ਜਿਹਨੇ ਅਸੀਂ ਪ੍ਰੈਕਟਿਸ ਕੀਤੀ ਹੈ, ਉਹ ਜੋ ਅਭਿਆਸ ਸੀ ਉਹ ਮੇਰਾ ਆਪਣੇ ਮੈਂ ਸਿਆਪੇ ਨੇ ਕਰਾਇਆ, ਉਸ ਤੋਂ ਬਾਅਦ ਆਫਟਰ 1 ਆਵਰ, ਔਰ ਅੱਜ ਇਸ ਫਿਲਮ ਦੇ ਪ੍ਰੀਮੀਅਰ ਨਾਲ ਇੰਨਾ ਕਲੀਅਰ ਹੋ ਗਿਆ ਕਿ ਅਭਿਆਸ 'ਤੇ ਅਸੀਂ ਸਕਸੈਸਫੁਲ ਹੋਏ ਹਾਂ, ਅਸੀਂ ਇੱਕ ਕੰਡੇ ਤੋਂ ਦੂਜੇ ਕੰਡੇ ਪਹੁੰਚ ਗਏ ਹਾਂ, ਡੁੱਬੇ ਨਹੀਂ ਸੀ, ਕਈ ਬੰਦਿਆਂ ਨੂੰ ਤਾਰੀ ਮਰਵਾ ਕੇ ਨਾਲ ਪਾਰ ਕਰਾਇਆ, ਉਹ ਹੁਣ ਅਗਲੀ ਵਾਰੀ ਸਾਨੂੰ ਇਹ ਕੰਫੀਡੈਂਸ ਹੈ ਕਿ ਅਗਲੀ ਵਾਰੀ ਜੋ ਕੁਛ ਕਰਾਂਗੇ ਉਹ ਚੰਗਾ ਹੋਏਗਾ, ਜਿਹਨੂੰ ਵੀ ਮਾੜੇ ਦੀ ਗੁੰਜਾਇਸ਼ ਹੋਈ ਹੋਰ ਕਿੰਨਾ ਚੰਗਾ ਹੋਏਗਾ ਉਹਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਤੁਸੀਂ ਬੋਲੀਵੁੱਡ 'ਚ ਵੀ ਕੰਮ ਕਰ ਚੁੱਕੇ, ਕਿਸਮਤ ਦਾ ਪੈਸਾ ਦੁਖੀ ਵਿਵੇਕ ਬਰਾਏ, ਪੰਜਾਬੀ ਫਿਲਮ ਵੀ ਕਰ ਚੁੱਕੇ, ਸੀਰੀਅਲਸ ਵੀ ਕਰ ਚੁੱਕੇ ਹੋ, ਸਭ ਤੋਂ ਵਧੀਆ ਚੀਜ਼ ਕਿਹੜੀ ਇੰਜੋਏ ਕੀਤੀ ਤੁਸੀਂ ਬਤੌਰ ਇੰਡਸਟਰੀ 'ਚ? ਇੰਡਸਟਰੀ 'ਚ ਸਭ ਤੋਂ ਵਧੀਆ ਤਾਂ ਐਕਟਰ ਐਕਟਿੰਗ ਕਰਨੀ ਹੀ ਜਿਹੜਾ ਉਹਦਾ ਕੰਮ ਹੈ, ਜਿਹੜਾ ਇੰਜੋਏ ਕਰਨਾ ਹੁੰਦਾ, ਉਦੋਂ ਜ਼ਿਆਦਾ ਵਧੀਆ ਹੋ ਜਾਂਦਾ ਜਦੋਂ ਤੁਹਾਡੇ ਡਾਇਰੈਕਟਰ ਨੇ ਤੁਹਾਨੂੰ ਦਿੱਤੇ ਹੋਣ, ਤੁਹਾਡੇ ਡਾਇਰੈਕਟਰ ਦੀ ਅੱਛੀ ਡਾਇਰੈਕਸ਼ਨ ਹੋਵੇ, ਉਹ ਫਿਰ ਜ਼ਿਆਦਾ ਅੱਛੀਆਂ ਔਰ ਜਿੰਨੇ ਤੁਹਾਡੇ ਕੋਲ ਹੁੰਦੇ ਆ ਉਹਨਾਂ ਦਾ ਆਉਂਦਾ। ਮੇਰੇ ਬੜੇ ਸਿਆਪੇ ਪੈਂਦੇ ਰਹਿੰਦੇ, ਮੈਂ ਉਹਨਾਂ ਨੂੰ ਕੀ ਕਰਦਾ ਰਹਿੰਦਾ, ਕਿਸ ਵੀ ਮੈਨੂੰ ਆਪਣੇ ਪੈਣ ਸਿਆਪੇ ਕੁਝ ਨਵਾਂ ਹੈ ਜਾਂ ਨਹੀਂ ਲੱਗਿਆ, ਮੇਰੇ ਨਾਲ ਕੁਝ ਪੰਗਾ ਹੋਇਆ, ਮੈਂ ਉਹ ਲਾਈਫ ਦੇ ਸਿਆਪਿਆਂ ਨੂੰ ਵੀ ਰੋਇਆ, ਮੈਂ ਕੀ ਕਰਦਾ ਜੀ, ਜਿਵੇਂ ਕਿ ਫਿਲਮ ਖਤਮ ਹੋਈ ਆ ਸਿਆਪਾ, ਤੋਂ ਉਦੋਂ ਕਰਕੇ ਹਰ ਕਿਸੇ ਦਾ ਸਿਆਪਾ ਕਰ ਰਿਹਾ, ਚਾਹੇ ਉਹ ਵਿਕੂ ਦਾ ਸੀ, ਚਾਹੇ ਉਹ ਵਰਿੰਦਰ ਦਾ ਸੀ, ਚਾਹੇ ਉਹ ਬਲੀ ਦਾ ਸੀ, ਉਹ ਸਿਆਪਿਆਂ ਨੂੰ ਠੀਕ ਕਰਨੀ ਹੋਈ ਆਪਣੇ ਨਾਲ ਸਿਆਪਾ, ਇਸ ਕਰਕੇ ਲੋਕਾਂ ਨੂੰ ਮਜ਼ਾ ਆਇਆ, ਜ਼ਿੰਦਗੀ ਪੋਜ਼ਿਟਿਵ ਹੈ, ਪੋਜ਼ਿਟਿਵਿਟੀ ਦੀ ਜ਼ਿੰਦਗੀ ਹੈ, ਤੁਸੀਂ ਐਂਡ ਤੋਂ ਬਾਹਰ ਨਿਕਲੋਗੇ ਤੁਹਾਨੂੰ ਮਜ਼ਾ ਆਇਆ, ਸਭ ਕੁਝ ਚੰਗਾ ਹੋਊਗਾ। ਚਿਹਰਾ ਤਾਂ ਬੜਾ ਇਨੋਸੈਂਟ ਹੈ, ਨੈਗੇਟਿਵ ਕਰੈਕਟਰ ਕਿੱਦਾਂ ਕਰ ਦਿੰਦੇ? ਅਦਾਕਾਰੀ ਹੁੰਦੀ ਹੈ, ਫੇਸ ਨੂੰ ਫੇਸ ਦਾ ਦਿੱਤਾ ਹੋਇਆ ਰੱਬ ਨੇ ਦੋਸਤ ਹੈ, ਅਦਾਕਾਰੀ ਨੂੰ ਫੇਸ ਨੂੰ ਬਦਲਾਅ ਕਰਨਾ ਕੋਈ ਐਕਟਿੰਗ ਨਹੀਂ ਕਰਨਾ, ਦੂਜਾ ਕੋਈ ਨਹੀਂ ਕਰਨਾ। ਅਤੇ ਆਉਣ ਵਾਲੇ ਦਿਨਾਂ 'ਚ ਕੀ ਐਕਸਪੈਕਟੇਸ਼ਨਸ ਨੇ ਫਿਲਮ ਜਿੱਦਾਂ, ਆਉਣ ਵਾਲੇ ਦਿਨਾਂ 'ਚ ਕਿੱਦਾਂ ਬਿਜ਼ਨਸ ਕਰੇਗੀ ਆਪਣੇ ਬੱਚਿਆਂ? ਨਵਾਂ ਟਾਸਕ ਕੀ ਹੈ? ਨਵਾਂ ਕੋਈ ਟਾਸਕ, ਸਾਰੇ ਪੁਰਾਣੇ ਟਾਸਕ ਜਿਹਨਾਂ ਨੂੰ ਮੈਂ ਹੁਣ ਜਾਣਾ, ਜਿਹਨਾਂ ਨੂੰ ਮੈਂ ਦੇਖ ਚੁੱਕਾ ਕਿ ਦੂਜਿਆਂ ਨਾਲ, ਉਹਨੂੰ ਸਾਰੀ ਯਾਦ ਕਰ ਚੁੱਕੇ, ਇਹ ਸਾਰੇ ਮੇਰੇ ਟਾਸਕ ਰਿਪੀਟ ਹੋ ਰਹੇ ਆ, ਤਾਂ ਮੇਰੀ ਪ੍ਰੈਕਟਿਸ ਹੋਈ ਹੈ ਕਿ ਮੈਂ ਟਾਸਕ ਪਾਸ ਕੀਤੇ ਆ, ਵੱਡਾ ਟਾਸਕ ਇਹ ਕਿ ਜਦੋਂ ਤੁਸੀਂ ਸਾਰੀ ਸ਼ਾਇਦ ਬਹੁਤ ਵੱਡੇ ਟਾਸਕ ਕਲੀਅਰ ਹੁੰਦੇ ਆ, ਡਾਇਰੈਕਟਰ ਵਾਈਜ਼ ਬੋਲੂ, ਐਕਟਰ ਵੀ ਮੇਰੇ, ਡਾਇਰੈਕਟਰ ਵੀ ਮੇਰੇ, ਕੰਪਨੀ ਵੀ ਉਹਨਾਂ ਦਾ ਹੋ, ਪਹਿਲਾਂ ਮੇਰਾ ਮਤਲਬ ਨਹੀਂ ਆ, ਕੋਈ ਵੀ ਜਿਹੜੀ ਟੀ ਵੀ ਐਕਟਰ ਕੰਮ ਕਰਦੇ ਆ, ਤੁਸੀਂ ਪਹਿਲਾਂ ਕਰਦੇ ਮਾੜਾ ਕਰਦੇ ਦੇਖੋ, ਇੱਥੇ ਪੰਜਾਬੀ ਉਹਨਾਂ ਨੂੰ ਬੜੀ ਭੁੱਖੀ ਹੈ ਕੋਮੇਡੀ, ਪੰਜਾਬੀ ਨੂੰ ਬੜੀ ਭੁੱਖੀ ਹੈ, ਉਹਨਾਂ ਦੀ ਭੁੱਖ ਨੂੰ ਪੂਰਾ ਕਰਕੇ ਖੜਾ ਕਰਦੇ ਬਹੁਤ ਮਿਹਨਤ ਨਹੀਂ ਕਰਦੇ, ਸਿਰਫ ਤਾਂ ਜੋਰ ਲਗਾਉਣਾ ਪੈਂਦਾ, ਉਹ ਲੱਗਿਆ 10% ਜਿਹੜਾ ਉਹਨਾਂ ਨੂੰ ਲੱਗਿਆ,
ਬਾਕੀ ਦਾ ਬੱਚਾ ਵੀ ਤਾਂ ਜਿਹੜੇ ਜਿੰਨਾ ਖੁੱਲ੍ਹ ਨਹੀਂ ਪਾਉਂਦੇ। ਅੱਛਾ, ਇਸ ਫਿਲਮ 'ਚ ਸਭ ਤੋਂ ਵਧੀਆ ਚੀਜ਼ ਕੀ ਲੱਗੀ ਤੁਹਾਨੂੰ, ਜੇ ਗੱਲ ਕਰੀਏ ਤਾਂ ਬਤੌਰ ਐਕਟਰ, ਡਾਇਰੈਕਟਰ, ਪ੍ਰੋਡਿਊਸਰ? ਦੁਨੀਆਂ ਨੂੰ ਹਰ ਚੀਜ਼ ਸਿਖਾਉਂਦੀ ਹੈ ਇਸ ਫਿਲਮ 'ਚ, ਇਸ ਫਿਲਮ ਨੇ ਬੜਾ ਕੁਛ ਸਿਖਾਇਆ, ਬੜੇ ਲੋਕਾਂ ਨਾਲ ਜੋੜਿਆ। ਔਰ ਸਪੈਸ਼ਲੀ ਲੋਕਡਾਊਨ ਜਦੋਂ ਲੋਕ ਨੇ ਅਸੀਂ ਕੰਮ ਨਹੀਂ ਕਰ ਰਹੇ ਸੀ, ਉਸ ਕੰਮ ਨੂੰ ਰਿਵਾਈਵ ਕਰ ਰਹੇ, ਜੋ ਕੰਮ ਸਾਡਾ ਹੋਇਆ ਹੋਇਆ ਸੀ ਉਸ ਕੰਮ ਨੂੰ ਸਕਰੀਨ 'ਤੇ ਲੈ ਕੇ ਆਏ। ਮੇਰੇ ਲਈ ਬਹੁਤ ਵੱਡਾ ਐਕਸਪੀਰੀਅੰਸ ਹੋਇਆ, ਬੜੀ ਦੇਰ ਬਾਅਦ ਜੋ ਮੈਨੂੰ ਚਾਹੇ 11-12 ਮੈਂ ਬਾਰ ਬਾਰ ਸੀ ਬੋਲਦਾ ਮੇਰੀ ਲਾਈਫ ਸਭ ਵੀ ਕਰ ਰਹੇ ਹਾਂ, ਦੂਜੀ ਅਚੀਵਮੈਂਟ ਲੱਗੀ ਜਦੋਂ ਉਹਨਾਂ ਨੇ ਕੀਤਾ, ਤੀਜੀ ਲੱਗੀ ਜਦੋਂ ਮੈਂ ਪਦਮਾ ਵੀ, ਚੌਥੀ ਨਾਲ ਆ ਗਿਆ, ਉਹ ਚੀਜ਼ਾਂ ਵਧੀਆਂ ਜਾ ਰਹੀਆਂ। ਅੱਜ ਪੰਜਵੀਂ ਆਪਣੇ ਪਾਸ ਆਪਣੀਆਂ ਚੀਜ਼ਾਂ ਜੋ ਇੱਕ ਅੰਦਰ ਮਾਲ ਪਿਆ ਸੀ, ਜੋ ਬਾਹਰ ਆ ਕੇ ਆਇਆ, ਉਹਦਾ ਪੁੰਜ ਜੋ ਬਣਿਆ, ਉਹਦਾ ਜੋ ਫਲ ਬਣਿਆ, ਉਹਦਾ ਜੋ ਮੋਰਾਲ ਆਫ ਦਾ ਸਟੋਰੀ ਕਿ ਜਿੱਥੇ ਚਾਹ ਉੱਥੇ। ਅਤੇ ਤੁਹਾਡੀ ਕੋਈ ਯਾਦ ਤਾਜ਼ੀ ਹੋਵੇ ਇਸ ਫਿਲਮ ਦੇ ਜ਼ਰੀਏ? ਪਹਿਲਾਂ ਤਾਂ ਮੈਂ ਸਾਡੀ ਫਿਲਮ ਦਾ ਜਿਹੜਾ ਮੈਸੇਜ ਬਣਾ ਰਹੇ ਤੁਸੀਂ ਵਧੀਆ ਅੱਛੇ ਅੱਛੇ ਫਰੈਂਡ ਜੋ ਦੋਨੇ ਪਟਿਆਲੇ ਤੋਂ ਬਿਲੋਂਗ ਕਰਦੇ ਹੋ, ਔਰ ਕਿਉਂਕਿ ਪਹਿਲਾਂ ਤਾਂ ਜਿਹੜਾ ਯੂਥ ਨੂੰ ਨਾ ਵਰਜਦਾ ਹੈ ਕਿ ਤੁਸੀਂ ਸ਼ੋਰਟਕੱਟ ਨਹੀਂ। ਬੜੀ ਹੀ ਪਿਆਰੀ ਸਟਾਰ ਕਾਸਟ ਹੈ ਜਿਹਦੀ ਮੂਵੀ ਦਾ ਨਾਮ ਹੈ ਆਪੇ ਬੈਂਡ ਸਾਪੇ, ਤੋਂ ਕੋਈ ਬਹੁਤ ਗੱਲ ਸੰਗਾ ਹੁਣ ਤੁਹਾਡਾ ਲੈ ਲੈਣੇ ਕਿ ਸ਼ੁਰੂਆਤ ਹੀ ਮੂਵੀ ਆ ਸ਼ਰਮਾ ਦੇਖਾ ਹੁਣ ਤੁਸੀਂ ਜਾਣਦੇ ਹੋ ਕਿਤੇ ਅਮਨ ਸਿੰਘ ਜੀ ਇਹਨਾਂ ਖਾਸ ਅਮਨਦੀਪ ਸਿੰਘ ਇਹਨਾਂ ਖਾਸ ਗੱਲਬਾਤ ਕਰਦੇ ਕਿ ਮੂਵੀ 'ਚ ਬੜਾ ਧਮਾਲ ਪਾਇਆ ਆਪੇ ਬੈਂਡ ਸਾਪੇ, ਕਿੱਦਾਂ ਪਏ ਸਾਪੇ ਉਹਨਾਂ ਤੋਂ ਪੁੱਛ ਲਿਆ ਥੋੜ੍ਹਾ ਸਭ ਦਾ ਬਹੁਤ ਬਹੁਤ ਸ਼ੁਕਰ ਕੀਤੀ ਗੱਲ। ਥੈਂਕ ਯੂ ਸੋ ਮਚ, ਮੈਨੂੰ ਬਹੁਤ ਮਜ਼ਾ ਆਇਆ ਕਿਉਂਕਿ ਮੇਰੇ ਨਾਲ ਬੜੀ ਸੋਹਣੀ ਸਟਾਰ ਕਾਸਟ ਸੀ, ਸਟਾਰ ਕਾਸਟ ਸਾਰੇ ਮੇਰੇ ਆਪਣੇ ਸੀ, ਅਮਨਦੀਪ ਸਾਰਿਆਂ ਨੇ ਬੜਾ ਇੱਕ ਫੈਮਲੀ ਵਾਲਾ ਕੰਮ ਕੀਤਾ, ਅਸੀਂ ਫਿਲਮ ਵੀ ਬਣਾਈ, ਅਸੀਂ ਘਰੇ ਮੇਲਾ ਲਾਇਆ ਹੋਇਆ ਸੀ, ਉਹ ਮੇਲਾ ਜਦੋਂ ਕੰਪਲੀਟ ਹੋਇਆ ਤਾਂ ਉਹ ਸਾਰੇ ਪਾਰਟੀ ਸੀ। ਇੱਕੋ ਗੱਲ ਇਹ ਹੈ ਕਿ ਜਿਹੜੇ ਅੱਜ ਆਪਣੇ ਪਾਸ ਰੇਟ ਸਾਰੇ ਚੱਲੇ, ਮੈਂ ਇਹਦਾ ਜਿਹੜਾ ਮੇਨ ਸਿਖਾ ਰੀਅਲੀ ਠੀਕ, ਮੈਂ ਦੇਖਿਆ ਕਿ ਜਿੰਨੀ ਇਹਨਾਂ ਦੇ ਚਲੋ ਇੱਕ ਵਾਰ ਅਤੇ ਅਮਨਦੀਪ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ, ਤੁਸੀਂ ਟੀ ਵੀ 'ਚ ਕੰਮ ਕੀਤਾ, ਪੰਜਾਬੀ ਫਿਲਮ ਦਾ ਐਕਸਪੀਰੀਅੰਸ ਸਟਾਰ ਬਣਿਆ ਤੁਸੀਂ ਦੇ ਵਿੱਚ, ਉਮੀਦ ਹੀ ਬਣੀ ਕਿ ਹੁਣ ਸਾਰੀ ਬਣ ਗਈ, ਬਹੁਤ ਮਜ਼ਾ ਆਇਆ। ਤੁਸੀਂ ਬੜੇ ਪਿਆਰ ਫਿਲਮ 'ਚ ਕੱਟਣ ਦਾ ਮੌਕਾ ਜੀ, ਮੈਂ ਫਿਲਮ 'ਚ ਟ੍ਰੇਨਿੰਗ ਹੋਈ ਸੀ ਲੋਕਡਾਊਨ 'ਚ, ਬੜੇ ਕੰਮ ਆਏ ਮੈਨੂੰ ਚੀਜ਼ਾਂ, ਲੋਕਡਾਊਨ 'ਚ ਨਾ ਮੇਡ ਸੀ ਨਾ ਰੋਟੀ ਹੁੰਦਾ ਸੀ, ਨਾ ਸਭ ਦੁਕਾਨਾਂ ਬੰਦ, ਫਿਰ ਉੱਥੇ ਮੈਂ ਟ੍ਰੇਨਿੰਗ ਸ਼ੁਰੂ ਲਈ ਸੀ, ਮੈਨੂੰ ਪਤਾ ਸੀ ਸਾਰੀਆਂ ਚੀਜ਼ਾਂ ਕਦੇ ਨਾ ਕਦੇ ਕੰਮ ਆਉਂਦੀਆਂ, ਇਸ ਲਈ ਫਿਲਮ 'ਚ ਜਿੰਨੇ ਖਾਨੇ ਕਵਾਂਗੇ 10 ਖਾਨੇ 15 ਖਾਨੇ 5-7 ਕਬਜ਼ਾ ਹੋ ਰਹੇ ਸੀ, ਮੈਂ ਪ੍ਰੋਡਿਊਸਰ ਹੈ, ਡਾਇਰੈਕਟਰ ਹੈ, ਡਾਇਰੈਕਟਰ ਹੈ, ਅਸਿਸਟੈਂਟ ਡਾਇਰੈਕਟਰ ਹੈ, ਬਾਕੀ ਜਿਹੜੇ ਮੇਰੇ ਬੱਚੇ ਦਾ ਕਹਾਂ ਭਾਈ ਅੱਖਾਂ ਜਿਹੜਾ ਲੱਖ ਲਗਾ ਦਿਓ, ਅਮਨ ਲਗਾ ਦਿਓ, ਪਰ ਫਿਰ ਵੀ ਇਹ ਜੁਆਇੰਟ ਐਫਰਟ ਸੀ, ਉਸ ਵਿੱਚ ਮਿਹਨਤ ਇਹ ਹੋਈ ਕਿ ਸਾਰਿਆਂ ਨੂੰ ਲੋਕ ਸਮਝਦੇ ਸੀ ਨਵੇਂ ਐਕਟਰ ਸਟਾਰ ਪੰਜਾਬੀ ਇੰਡਸਟਰੀ 'ਚ, ਇਹ ਚੀਜ਼ ਨੂੰ ਵਧਾਉਣਾ ਸੀ ਕਿ ਇੱਥੇ ਐਕਟਰ ਹੋਰ ਵੀ ਹੈਗੇ, ਉਹਨਾਂ ਨੂੰ ਮੌਕਾ ਦਿਓ, ਉਹਨਾਂ ਕੰਮ ਕਰਾਓ, ਲੋਕਾਂ ਨੂੰ ਵੱਧ ਸੁਣਨੀ ਇਹ ਚੀਜ਼ਾਂ ਦੇਖਣ ਨੂੰ ਮਿਲੋ। ਆਪੇ ਪਿੰਡ ਸਿਆਪੇ 'ਚ ਜਿੰਨੇ ਸਿਆਪੇ ਮੈਂ ਪਾਏ ਹੋਏ ਹੁੰਦਾ, ਹਰ ਇੱਕ ਐਕਟਰ ਫਿਲਮ 'ਚ ਕੰਮ ਕਰਕੇ ਗਿਆ, ਮੈਨੂੰ ਨਹੀਂ ਲੱਗਦਾ ਕਿ ਮੇਰੇ ਸਿਰਫ ਮੈਂ ਇਕੱਲਾ ਆਪਣੇ ਆਪ ਨੂੰ ਦਿਖਾਇਆ, ਜੋ ਲਖਵਿੰਦਰ ਨੇ ਜੋ ਕੰਮ ਕੀਤਾ, ਅੱਜ ਉਹ ਮਿੱਠੂ ਯਾਦ ਰਹੇਗਾ ਜਾਂ ਨੌਕਰੀ ਦੇ ਵਿੱਚ ਪੜਾਇਆ ਹੁੰਦਾ, ਉਹ ਵਰਿੰਦਰ ਬੱਗਾ ਯਾਦ ਰਹੇਗਾ ਜਿਹੜਾ ਯੋਗ ਜੀ ਦੀ ਐਕਟਿੰਗ ਕਰਦਾ, ਉਹ ਦੀਪੀ ਸ਼ਰਮਾ ਯਾਦ ਜਿਹੜੀ 6 ਮਹੀਨੇ ਨੌਕਰੀ ਲਈ ਹੁੰਦੀ ਹੈ ਵਿਆਹ, ਔਰ ਉਹ ਜਿਹੜੀ ਸੈਬੀ ਸੋਰੀ ਜੋ ਮੇਰੀ ਐਕਟਿੰਗ ਹੈ, ਉਹਦਾ ਜੋ ਗਾਣਾ ਬਾਬਾ ਕਿ ਉਹ ਪੈਸਾ ਕਰਦਾ ਹੈ, ਉਹ ਹਰ ਚੀਜ਼ ਜਿਹੜਾ ਜੁੜੀ ਹੋਈ ਸੀ ਦੂਜੇ ਨਾਲ। ਸਭ ਤੋਂ ਵੱਧ ਕ੍ਰੈਡਿਟ ਚਾਹੁੰਦਾ ਮੇਰੀ ਸੀਨੀਅਰ ਕਾਸਟ ਨੂੰ, ਜਿਹਨਾਂ 'ਚੋਂ ਰਜੇ ਸ਼ਰਮਾ ਜੀ, ਬਾਦ ਸਾਹਿਬ, ਬਹੁਤ ਸਾਰੇ ਮੇਰੇ ਸੀਨੀਅਰ ਐਕਟਰ, ਇਹਨਾਂ ਨੇ ਫਿਲਮ ਨੂੰ ਬਰਾਬਰ ਬਣ ਕੇ ਰੱਖਿਆ। ਜਿਵੇਂ ਕਹਿੰਦੇ ਨੇ ਕਿ 12 ਮਸਾਲੇ ਇੱਕ ਸਬਜ਼ੀ 'ਚ ਪੈਂਦੇ, ਇੱਕ ਮਸਾਲਾ ਘੱਟ ਤੋਂ ਸਬਜ਼ਾ ਸਵਾਦ ਖਰਾਬ ਹੋ ਜਾਂਦਾ, ਉਹ ਸਾਰੇ ਮਸਾਲੇ ਜ਼ਰੂਰੀ, ਉਹ ਸਾਰੇ ਮਸਾਲੇ ਨੇ ਮਿਲ ਕੇ ਮੈਨੂੰ ਬਣਾਇਆ, ਅਤੇ ਮੈਂ ਇਸ ਫਿਲਮ ਨੂੰ ਬਣਾਇਆ। ਬਹੁਤ ਸੱਚੋ ਸੱਚ ਦੱਸ ਨਾਜਰਾ ਮੇਰੇ ਵੱਡੇ ਵੀ ਸ਼ੁਰੂ ਹੈ, ਇਹ ਵਕੀਲ ਵੀ ਹੈ ਅਤੇ ਫਿਲਮ ਇੰਡਸਟਰੀ ਜੁੜੇ ਵੀ ਹੋਏ ਕਿਸੇ ਤਰ੍ਹਾਂ ਦਾ,
ਅਸੀਂ ਫਿਲਮਾਂ ਦੀ ਗੱਲਾਂ ਬਹੁਤ ਕਰਦੇ ਕੇਸਾਂ ਦੀ ਗੱਲਾਂ ਘੱਟ ਕਰਦੇ ਹਾਂ ਕਹਿੰਦੇ ਮੇਰੀ ਲੋੜ ਤੁਹਾਨੂੰ ਤਾਂ ਪਏਗੀ ਜਦੋਂ ਵੀ ਕੇਸ ਕੁਸ ਪਏਗਾ ਲੇਕਿਨ ਉਸ ਤੋਂ ਫਿਲਮਾਂ ਦੀ ਗੱਲਾਂ ਹੁੰਦੀਆਂ ਆਈ ਲਾਈਕ ਥਿੰਕ ਅਬਾਊਟ ਇਟ ਅਸੀਂ ਪ੍ਰੋਫੈਸ਼ਨਲੀ ਕਨੈਕਟਡ ਪ੍ਰੋਫੈਸ਼ਨ ਕਰਕੇ ਅਸੀਂ ਮਿਊਚੁਅਲੀ ਕਨੈਕਟਡ ਹੋ ਗਏ ਮਤਲਬ ਜਿਸ ਤਰ੍ਹਾਂ ਮੇਰਾ ਬ੍ਰਦਰ ਮੇਰੇ ਸਾਹਿਬ ਦੋ ਸਾਲ ਛੋਟੇ ਹੋਣੇ ਮੇਰੇ ਉਹ ਅਲੱਗ ਕਰਦਾ ਹੈ ਸੋ ਬੜੇ ਲੋਕ ਕਮਾਏ ਆ ਇਸ ਫਿਲਮ ਚਾਹੇ ਮੇਰੀ ਟੀਮ ਹੈ ਕੋਈ ਅਮਨ ਕੋਟਿਸ਼ ਹੈ ਮਿਸਟਰ ਕਲਿਆਣ ਹੈ ਸ਼ਿਵਾਨੀ ਹੈ ਸਿੰਧ ਕਲਿਆਣ ਹੈ ਸੁਮਿਤ ਕਲਿਆਣ ਹੈ ਜਿੰਨੇ ਮੇਰੀ ਫਿਲਮ ਦੇ ਐਕਟਰ ਹੈ ਅੱਜ ਉਹ ਸਾਰੇ ਉਹ ਜੋ ਪਿਆਰ ਜੋ ਸੈੱਟ 'ਤੇ ਸੀ ਉਹ ਡਬਲ ਹੋ ਗਿਆ ਮੇਰੇ ਫਿਲਮ ਜੈ ਮਾਤਾ ਦੀ ਮੈਸੇਜ ਮੇਰੀ ਪ੍ਰੈਫਰੈਂਸ ਰਹਿੰਦੀ ਹੈ ਜੀ ਕਰੈਕਟਰ ਨੂੰ ਲੈ ਕੇ ਮੈਂ ਪ੍ਰੈਫਰੀ ਕਰੈਕਟਰ ਨੂੰ ਕਰਦਾ ਪਰ ਇਹਦੇ ਵਿੱਚ ਥੋੜ੍ਹਾ ਜਿਹਾ ਕੋਮੇਡੀ ਦਾ ਤੜਕਾ ਹੈਗਾ ਸੀ ਅਤੇ ਹੋਰ ਵਧੀਆ ਲੱਗਿਆ ਬਾਕੀ ਇਹ ਫਿਲਮ ਨੂੰ ਬਣਾਉਣ ਵਾਸਤੇ ਸਾਰੀ ਟੀਮ ਦਾ ਬਹੁਤ ਜ਼ੋਰ ਹੈ ਲੱਕਾ ਭਾਜੀ ਹੋ ਗਏ ਸੈਂਡੀ ਭਾਈ ਹੋ ਗਏ ਸਿੰਧ ਭਾਜੀ ਹੋ ਗਏ ਜੀ ਹੋ ਗਏ ਆਪਣੇ ਬਾਕੀ ਸਾਰੇ ਜਣਿਆਂ ਦੀ ਟੀਮ ਸਾਰਿਆਂ ਨੇ ਵਧੀਆ ਕੰਮ ਕੀਤਾ ਅਤੇ ਸਤਨਾਮ ਦੇ ਨੂੰ ਜੈ ਮਾਤਾ ਦੀ ਆ ਸਾਡਾ ਰੁਕਣ ਹੈ ਵੈਸੇ ਮੈਂ ਅੱਜ ਤੱਕ ਜਿੰਨੇ ਵੀ ਕਰੈਕਟਰ ਕੀਤੇ ਆ ਨਾ ਮੈਨੂੰ ਦੇਖ ਕੇ ਪਹਿਲੇ ਕਹਿ ਦਿੰਦੇ ਸਰ ਡਾਕਟਰ ਦਾ ਰੋਲ ਸਰ ਪਾਇਲਟ ਦਾ ਰੋਲ ਸਰ ਕਰਦੇ ਆਏ ਭਾਈ ਦਾ ਤੁਰਦੇ ਫਿਰਦੇ ਕਰੈਕਟਰ ਕਰ ਗਏ ਇੰਟਰਸਟਿੰਗ ਇਹ ਰਿਹਾ ਕਿ ਮੈਨੂੰ ਨਹੀਂ ਪਤਾ ਮੈਂ ਕਿਹੜਾ ਕਿਹੜਾ ਕੰਮ ਕਰ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਔਰ ਉਸ ਤੋਂ ਬਾਅਦ ਇੰਨੇ ਬੰਦੇ ਸੰਭਾਲੇ ਉਹ ਕਿਸੇ ਨੇ ਪਿੱਛੇ ਜੇ ਕਿਹਾ ਸੀ ਭਾਜੀ ਇਹ ਫਿਲਮ ਨਕਲੀ ਨੋਟਾਂ ਵਾਲੀ ਸੀ ਅਸਲੀ ਨੋਟਾਂ ਵਾਲੀ ਫਿਲਮ ਸੀ ਇਹਦੇ ਸਾਰੇ ਅਸਲੀ ਨੋਟ ਸੀ ਜਿੰਨੀ ਵੱਡੀ ਫਿਲਮ ਲੱਗ ਰਹੀ ਹੈ ਕੋਈ ਵੱਡੀ ਉਸਦੀ ਲੱਗ ਰਹੀ ਇੰਨੇ ਸਾਰੇ ਬੰਦਿਆਂ ਨੇ ਕੰਮ ਕੀਤਾ ਉਹ ਬੰਦੇ ਸਭ ਨੇ ਕੋਈ ਐਵੇਂ ਨਹੀਂ ਆਏ ਡਾਕਟਰ ਸਭ ਕੰਮ ਵਾਲੇ ਬੰਦੇ ਆ ਜਿਹੜੇ ਪੈਸੇ ਲੈਂਦੇ ਆ ਉਹ ਪੈਸੇ ਜਿਹੜੇ ਬੈਂਕ 'ਚ ਅਸਲੀ ਸੀ ਸਾਰਿਆਂ ਨੂੰ ਮੰਨਣੇ ਪਏ ਫਿਲਮ ਦੇ ਬਾਅਦ ਇਟ ਵਾਜ਼ ਇਟ ਬਿਕਮ ਬਿਗ ਮੂਵੀ ਉਹ ਵੱਡੀ ਫਿਲਮ ਜੋ ਸਾਨੂੰ ਲੋਕਡਾਊਨ ਦੇ ਵਿੱਚ ਖੜਾ ਕੀਤਾ ਇਸ ਫਿਲਮ ਨੇ ਅਸੀਂ ਹੋਰ ਬਣਾ ਦੇਣਾ ਉਹ ਇੱਕ ਗੱਲ ਇਹ ਨੈਚੁਰਲ ਕੋਮੇਡੀ ਸੀ ਇਸ ਵਿੱਚ ਅਸੀਂ ਨਾ ਤਾਂ ਰਿਦਮ ਬਣਾਇਆ ਨਾ ਇਹਦੇ ਰੱਟੇ ਲਗਾਇਆ ਇਹ ਨੈਚੁਰਲ ਰਿਹਾ ਅਤੇ ਮੈਨੂੰ ਲੱਗਦਾ ਜੇ ਨੈਚੁਰਲ ਕਮੇਡੀ ਚੱਲੇਗੀ ਤਾਂ ਹਰ ਵਧੀਆ ਐਕਟਰ ਸਾਹਮਣੇ ਆਏਗਾ ਅਤੇ ਜੋ ਉਹ ਕਰ ਸਕਦਾ ਉਹ ਕਰੇਗਾ ਮੈਂ ਹੁਣ ਤਿੰਨ ਵਾਰ ਬੋਲਿਆ ਕਹਿੰਦਾ ਉਹ ਖਾਤਾ ਹੀ ਲਿਖ ਲਈ ਚੱਲ ਅੱਧੀ ਘੜੀ ਦੇ ਦੂੰਗਾ ਲਾਸਟ ਵਿੱਚ ਖਾਤੇ 'ਚ ਲਿਖ ਲਈ ਉਹ ਜੋ ਵੇਰੀਏਸ਼ਨ ਹੈ ਪਹਿਲਾਂ ਬੋਸੀ ਸੈਕਿੰਡ ਸ਼ਰਾਫਤ ਵਾਲਾ ਥਰਡ ਵਾਲਾ ਵੀ ਆ ਸਾਡੀ ਦੋਸਤੀ ਹੋ ਗਈ ਠੀਕ ਹੈ ਕੋਈ ਚੱਕਰ ਨਹੀਂ ਭਾਜੀ ਖਾਤਾ ਤਾਂ ਕਰਦਾ ਬੰਦ ਕਰਤਾ ਮੈਨੂੰ ਜਿਹੜਾ ਦਿਨ ਰਾਤ ਕੰਮ ਕੀਤਾ ਨਾਲ ਭਰੀ ਪਈ ਹੈ ਉੱਥੇ ਮੈਸੇਜ ਵੀ ਹੈ ਜਿਵੇਂ ਤੁਸੀਂ ਗਲਤ ਰਾਤ ਨਹੀਂ ਜਾਣਾ ਸ਼ਾਰਟਕੱਟ ਨਹੀਂ ਮਾਰਨਾ ਯੂਥ ਨੂੰ ਕਹਿੰਦੇ ਬਈ ਆਪਣੀ ਸਾਰਾ ਪਤਾ ਕਰਨਾ ਅਤੇ ਜਾਂਦੇ ਜਾਂਦੇ ਤੁਹਾਡੀ ਫਿਲਮ ਦਾ ਟੈਗ ਲਾਈਨ ਆਪੇ ਭੈਣ ਸਾਪੇ ਕੀ ਕਰਨਗੇ ਮਾਪੇ ਉਹ ਬੋਲਦੇ ਸੀ ਆਡੀਅੰਸ ਲਈ ਆਪੇ ਭੈਣ ਸੇ ਆਪੇ ਤਾਂ ਕੀ ਕਰਨਗੇ ਮਾਪੇ ਹੋ ਜਦੋਂ ਪੈ ਜੇ ਪੰਗਾ ਕੋਈ ਫਿਰ ਰੱਬ ਦਾ ਨਾ ਹੀ ਜਾਪੇ ਆਪੇ ਭੈਣ ਸੇ ਆਪੇ ਆਪੇ ਭੈਣ ਸੇ ਆਪੇ ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਬਾਲੀਵੁੱਡ ਐਕਟਰ ਲਖਪਾਲ ਕੁਇੰਦਰ ਅਤੇ ਸਰਾਰ ਸਿੰਘ ਜਿਨ੍ਹਾਂ ਨੇ ਸਾਨੂੰ ਬਹੁਤ ਐਂਟਰਟੇਨ ਕੀਤਾ ਅਤੇ ਇਹ ਦੱਸਿਆ ਕਿ ਇਹ ਲੋਕਡਾਊਨ ਤੋਂ ਬਾਅਦ ਪਹਿਲੀ ਫਿਲਮ ਆਪੇ ਭੈਣ ਸਾਪੇ ਜੋ ਫੁੱਲ ਐਂਟਰਟੇਨਿੰਗ ਮੂਵੀ ਹੈ ਫੈਮਿਲੀ ਮੂਵੀ ਹੈ ਤੁਸੀਂ ਵੀ ਦੇਖੋ ਅੱਜ ਮੂਵੀ ਰਿਲੀਜ਼ ਹੋਈ ਹੈ ਤੁਹਾਨੂੰ ਬਹੁਤ ਮਜ਼ਾ ਆਏਗਾ ਬਣੇ ਰਹੋ ਟੀ ਵੀ ਇਹਨਾਂ ਦੇ ਨਾਲ